ਸਾਤਰੀ ਕਾਲਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਅਸੀਂ ਤੁਹਾਨੂੰ ਪੰਜਾਬ ਪੁਲਿਸ B1 ਇਗਜ਼ਾਮ ਅਤੇ ਪੰਜਾਬ ਪਟਵਾਰੀ ਦੀ ਤਿਆਰੀ ਕਰਵਾ ਰਹੇ ਹਾਂ ਪੰਜਾਬ ਪਟਵਾਰੀ ਦਾ ਬਾਕੀ ਸਿਲੇਬਸ ਤਾਂ ਤੁਸੀਂ ਸਾਰਾ ਕਰ ਹੀ ਰਹੇ ਹੋ ਜਿਵੇਂ ਕਿ ਕੰਪਿਊਟਰ ਐਗਰੀਕਲਚਰ ਜੀਕੇ ਵਗੈਰਾ ਪਰੰਤੂ ਇੱਕ ਸਬਜੈਕਟ ਜਿਸ ਤੋਂ ਬਿਨਾ ਤੁਹਾਡਾ ਪੇਪਰ ਕਲੀਅਰ ਹੋਣਾ ਬਿਲਕੁਲ ਅਸੰਭਵ ਹੈ ਉਹ ਹੈ ਮੈਥ ਕਿਉਂਕਿ ਮੈਥ ਦੇ ਸਭ ਤੋਂ ਵੱਧ ਨੰਬਰ ਹਨ ਇਸ ਵਿੱਚ 30 ਨੰਬਰ 30 ਨੰਬਰ ਦਾ ਜਿਹੜਾ ਮੈਥ ਤੁਹਾਡੇ ਪੇਪਰ ਵਿੱਚ ਆਉਣਾ ਹੈ ਕਿਉਂਕਿ ਇਹ ਹੀ ਇੱਕਮਾਤਰ ਸਬਜੈਕਟ ਹੈ ਜਿਸ ਵਿੱਚ ਕੇ ਸਿੱਧੇ-ਸਿੱਧੇ ਕੁ ਅਤੇ ਇਹੇ ਨੰਬਰ ਹੀ ਤੁਹਾਡੇ ਡਿਸਾਈਡ ਕਰਨਗੇ ਕਿ ਤੁਸੀਂ ਪਟਵਾਰੀ ਬਣ ਯੋਗ ਹੋ ਜਾਂ ਨਹੀਂ ਹੋ ਇਥੇ ਮੈਂ ਤੁਹਾਨੂੰ ਦੱਸ ਦਮਾ 31 ਜਨਵਰੀ 2021 ਨੂੰ ਪੰਜਾਬ ਜੇਲ ਸੁਪਰਡੈਂਟ ਦਾ ਜਿਹੜਾ ਪੇਪਰ ਹੋਇਆ ਸੀ ਜਿਸ ਵਿੱਚ ਕਿ ਮੈਥ ਦਾ ਸਿਲੇਬਸ ਟੋਟਲ ਸਿਲੇਬਸ ਹੀ ਲਗਭਗ ਜਿਹੜਾ ਪਟਵਾਰੀ ਵਰਗਾ ਸੀ ਮੈਂ ਉਸ ਪੇਪਰ ਚ ਜੋ ਮੈਥ ਦੇ ਕੁਐਸਚਨ ਤੁਹਾਨੂੰ ਪੀਟ੍ਰੀਪਲੱਸਬੀ ਨੇ ਪਾਏ ਸਨ ਉਸ ਦੇ ਆਧਾਰ ਤੇ ਕੁਐਸਚਨ ਕਰਵਾਵਾਂਗਾ ਕਿਉਂਕਿ ਸੇਮ ਸਿਲੇਬਸ ਹੋਣ ਕਰਕੇ ਪੂਰੀ ਉਮੀਦ ਹੈ ਕਿ ਜਿਹੜਾ ਪੀਟ੍ਰੀਪਲੱਸਬੀ ਹੁਣ ਪਟਵਾਰੀ ਦਾ ਪੇਪਰ ਵੀ ਲਿਆ ਲਵੇਗਾ ਉਸ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਜਿਹੜਾ ਮੈਥ ਹੋਵੇਗਾ ਇਸ ਲਈ ਤੁਸੀਂ ਇਹ ਜੇਲ ਸੁਪਰਡੈਂਟ ਦੇ ਜਿਹੜੇ ਕੁਐਸਚਨ ਆਏ ਸਨ ਮੈਥ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਓ ਅਤੇ ਉਸ ਦੇ ਨਾਲ ਮਿਲਦੇ ਜੁਲਦੇ ਕੁਐਸਚਨ ਕਰਕੇ ਆਪਣੀ ਜਿਹੜੀ ਤਿਆਰੀ ਹੈ ਉਹ ਚੰਗੀ ਤਰ੍ਹਾਂ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਪੀਟੀ ਪਲੱਸ ਵੀ ਹੈ ਉਹ ਪਿਛਲੇ ਕੁਐਸਚਨਾਂ ਵਿੱਚ ਉਹ ਹੀ ਜ਼ਿਆਦਾਤਰ ਜਿਹੜੇ ਆਪਣੇ ਕੁਐਸਚਨ ਰਿਪੀਟ ਕਰ ਦਿੰਦੇ ਹਨ ਇਸ ਲਈ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਸੇਮ ਕੁਐਸਚਨ ਜਿਹੜਾ ਤੁਹਾਨੂੰ ਇਸ ਪੇਪਰ ਵਿੱਚ ਵੀ ਆਉਣਗੇ ਪਰੰਤੂ ਸੇਮ ਜਿਹੜੇ ਤਰੀਕੇ ਵਾਲੇ ਕੁਐਸਚਨ ਜਿਵੇਂ ਮੰਨ ਲਓ ਪ੍ਰੋਫਿਟ ਐਂਡ ਲਾਸ ਦਾ ਕੁਐਸਚਨ ਹੈ ਸੇਮ ਤਰੀਕੇ ਦਾ ਜਿਹੜਾ ਇਸ ਵਿੱਚ ਆਇਆ ਸੀ ਉਸੇ ਤਰ੍ਹਾਂ ਦਾ ਹੀ ਪਟਵ ਅਸੀਂ ਕਰਤਾ ਇਦਾਂ ਵੀ ਸਕਦੇ ਸੀ ਕਿ 1 ਮਿੰਟ ਵਿੱਚ ਹੀ ਤੁਹਾਨੂੰ 2-3 ਕੁਐਸਚਨ ਕਰਵਾ ਸਕਦੇ ਸੀ ਪਰੰਤੂ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣ ਦੇ ਤਰੀਕੇ ਨਾਲ ਤੁਹਾਨੂੰ ਵੀਡੀਓ ਬਣਾਈ ਹੈ ਇਸ ਲਈ ਵੀਡੀਓ ਥੋੜੀ ਲੈਂਥੀ ਹੋ ਸਕਦੀ ਹੈ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਤਾਂ ਹੀ ਤੁਹਾਨੂੰ ਕੁਐਸਚਨ ਸਮਝ ਆ ਜਾਣਗੇ ਕਿਉਂਕਿ ਪੂਰੀ ਉਮੀਦ ਹੈ ਕਿ ਇਸੇ ਤਰ੍ਹਾਂ ਦੇ ਕੁਐਸਚਨ ਜਿਹੜੇ ਤੁਹਾਡੇ ਪਟਵਾਰੀ ਵਿੱਚ ਆਉਣਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਸਾਨੂੰ ਕਮੈਂਟ ਕਰਕੇ ਵੀ ਦੱਸ ਦਿਓ ਤਾਂ ਕਿ ਅਸੀਂ ਅੱਗੇ ਤੋਂ ਵੀ ਹੋਰ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਚਲੋ ਅੱਜ ਦੀ ਵੀਡੀਓ ਹੁਣ ਸ਼ੁਰੂ ਕਰਦੇ ਹਾਂ a sum of rupees 4 to 7 is to be divided among a b and c in such a way that three times of a's share four times of b's share and seven times of c's share are all equal find the share of each mm -hmm. is question ka matlab kya hai dekho 427 rupaye di rakam nu no abc vich is tarah bandeya jana hai kis tarah bandna hai 3 টাইমস অফ এ শেয়ার ਇਹਦਾ ਮਤਲਬ এ ਦੇ ਹਿੱਸੇ ਦਾ 3 ਗੁਣਾ ਦੇਖਿਆ টাইমস ਹੁੰਦਾ ਹੈ ਗੁਣਾ 3 টাইমস ਮਤਲਬ 3 ਗੁਣਾ 2 টাইমস ਮਤਲਬ 2 ਦੋ ਗੁਣਾ ਠੀਕ ਹੈ ਮਤਲਬ এ ਦੇ ਸ਼ੇਅਰ ਦੇ 3 ਗੁਣਾ b ਦੇ ਸ਼ੇਅਰ ਦਾ 4 ਗੁਣਾ ਤੇ c ਦੇ ਸ਼ੇਅਰ ਦਾ 7 ਗੁਣਾ ਸਾਰੇ ਆਪਸ ਵਿੱਚ ਗਿਆਏ ਬਰਾਬਰ ਹੈ ਠੀਕ ਹੈ ਵੰਡਣਾ ਕਿੰਨੇ ਨੂੰ ਹੈ ਰੇਸ਼ੋ ਐਂਡ ਪ੍ਰੋਪੋਰਸ਼ਨ ਦਾ ਇਹ ਕੁਐਸਚਨ ਹੈ ਤਾਂ ਠੀਕ ਹੈ ਰੇਸ਼ੋ ਐਂਡ ਪ੍ਰੋਪੋਰਸ਼ਨ ਚੈਪਟਰ ਚ ਬਣਿਆ ਹੋਇਆ ਹੈ ਕੁਐਸਚਨ ਇਸ ਚ ਕੀ ਹੈ 427 ਰੁਪਏ ਹੈ ਸਾਡੇ ਕੋਲ ਜਿਹਨੂੰ ਵੰਡਣਾ ਹੈ ਕਿੰਨੇ ਬੰਦਿਆਂ ਚ ਵੰਡਣਾ ਹੈ ਇਹਨੂੰ ਇਹਨੂੰ ਵੰਡਣਾ A B ਤੇ C ਵਿੱਚ ਹੁਣ ਸਾਡੇ ਕੋਲ ਇਹਦੇ ਵੀ ਸਿਰਫ ਇੱਕ ਕੰਡੀਸ਼ਨ 기ਵਨ ਹੈ ਕਿਆ ਕੰਡੀਸ਼ਨ 기ਵਨ ਹੈ A ਦੇ ਹਿੱਸੇ ਦਾ ਤਿੰਨ ਗੁਣਾ ਤਾਂ ਮੈਂ ਮੰਨ ਲੈਂਦੀ ਆ A ਦਾ ਹਿੱਸਾ A ਹੈ B ਦਾ ਹਿੱਸਾ B ਹੈ C ਦਾ ਹਿੱਸਾ C ਹੈ ਠੀਕ ਹੈ ਇਹ ਮੰਨ ਲਿਆ ਮੈਂ ਵੀ A ਇਹਨਾਂ ਦੇ ਹਿੱਸੇ ਆ ਇਹਨਾਂ ਦੇ ਕੀ ਆ ਹਿੱਸੇ ਬਣ ਗਏ A ਦਾ ਹਿੱਸਾ A B ਦਾ ਹਿੱਸਾ B C ਦਾ ਹਿੱਸਾ C A ਦੇ ਹਿੱਸੇ ਦਾ ਤਿੰਨ ਗੁਣਾ ਕਰ ਦੋ ਕੀ ਬਣ ਜਾਏਗਾ 3A ਠੀਕ ਹੈ ਅੱਗੇ b ਦੇ ਹਿੱਸੇ ਦਾ 4 ਗੁਣਾ b ਦੇ ਹਿੱਸੇ ਦਾ 4 ਗੁਣਾ ਠੀਕ ਹੈ b ਦਾ ਹਿੱਸਾ ਆਪਾਂ b ਲਿਆ ਤਾਂ b ਦੇ ਇਸ ਨੂੰ 4 ਗੁਣਾ c ਦੇ ਹਿੱਸੇ ਦਾ 7 ਗੁਣਾ ਠੀਕ ਹੈ ਮਤਲਬ 7c ਇਹ ਤੈਨੂੰ ਆਪਾਂ ਸਾਨੂੰ ਕਹਿੰਦੇ ਹਾਂ ਬਰਾਬਰ ਦਿੱਤੇ ਹੋਏ ਆ ਠੀਕ ਹੈ ਇਹ ਤੱਕ ਦੇਖੋ ਇਕੁਏਸ਼ਨ ਠੀਕ ਹੈ ਹੁਣ ਸਾਨੂੰ ਪਹਿਲੀ ਚੀਜ਼ ਦਿੱਤੀ ਹੋਈ ਹੈ ਦੂਜੀ ਚੀਜ਼ ਸਾਨੂੰ ਦਿੱਤੀ ਹੋਈ ਹੈ ਵੀ ਨਾ ਤਿੰਨਾਂ ਹਿੱਸਿਆਂ ਦਾ ਜੋ ਜੋੜ ਹੈ ਉਹ ਕਿੰਨਾ ਹੈ ਦੇਖੋ 427 ਰੁਪਏ ਹੀ ਤਾਂ ਟੋਟਲ ਹੈ 427 ਰੁਪਏ ਟੋਟਲ ਹੈ ਨਾ ਤੇ ਇਹਦਾ ਮਤਲਬ ਤਿੰਨਾਂ ਦਾ ਜੋੜ 427 ਰੁਪਏ ਬਣੂਗਾ ਤਾਂ ਮੈਂ ਲਿਖ ਸਕਦੀ ਹਾਂ ਇੱਥੇ a b c ਇਹ ਕਿੰਨੇ ਦੇ ਬਰਾਬਰ ਆ ਜਾਏਗਾ 427 ਪਰ ਹੁਣ ਸਾਡੇ ਕੋਲ a b c ਤਿੰਨ ਵੇਰੀਏਬਲ ਹੋ ਗਏ ਤਾਂ ਅਸੀਂ ਇਹਦਾ ਕਿੱਦਾਂ ਕੱਢ ਸਕਦੇ ਹਾਂ ਜਦ ਤੁਸੀਂ ਇਹਨਾਂ ਸਾਰਿਆਂ ਨੂੰ ਹੀ a 'ਚ ਬਣਾ ਲਓ ਜਾਂ ਸਾਰਿਆਂ ਨੂੰ b 'ਚ ਜਾਂ ਸਾਰਿਆਂ ਨੂੰ c 'ਚ ਆਪਾਂ ਕੀ ਕਰਦੇ ਹਾਂ ਸਾਰਿਆਂ ਨੂੰ a 'ਚ ਬਣਾਉਂਦੇ ਹਾਂ ਹੁਣ ਆਪਾਂ ਸਾਰਿਆਂ ਨੂੰ a 'ਚ ਕਿਵੇਂ ਬਣਾ ਸਕਦੇ ਦੇਖੋ a ਦਾ ਹਿੱਸਾ ਤਾਂ a ਹੈ ਇਹਨੂੰ ਚੇਂਜ ਨਹੀਂ ਕਰ ਸਕਦੇ b ਦਾ ਹਿੱਸਾ a ਦੀ ਫਾਰਮ ਚ ਕਿਵੇਂ ਬਣੇਗਾ ਆਹ ਦੋ ਇਕੁਏਸ਼ਨਸ ਨੂੰ ਯੂਜ਼ ਕਰੋ ਪਹਿਲੀਆਂ ਦੋ ਨੂੰ ਜੇ ਮੈਂ ਪਹਿਲੀਆਂ ਦੋ ਇਕੁਏਸ਼ਨਸ ਨੂੰ ਯੂਜ਼ ਕਰਦੀਆਂ ਤਾਂ ਮੇਰੇ ਕੋਲ ਇੱਥੇ b ਦੀ ਵੈਲਿਊ ਕੀ ਆ ਜਾਣੀ ਦੇਖੋ ਪਹਿਲੀਆਂ ਦੋ ਇਕੁਏਸ਼ਨਸ ਚੱਕ ਰਹੀਆਂ ਮੈਂ ਪਹਿਲੀਆਂ ਦੋ ਫਸਟ ਟੂ ਇਕੁਏਸ਼ਨਸ ਇਹਦੇ ਵਿੱਚੋਂ ਮਤਲਬ 3a 4b ਇੱਥੋਂ b ਦੀ ਵੈਲਿਊ ਕੀ ਆਜੂਗੀ b ਦੀ ਵੈਲਿਊ ਆਜੂਗੀ 3/4a ਆ ਗਈ ਨਾ b ਦੀ ਵੈਲਿਊ a ਦੇ ਫਾਰਮ ਚ ਠੀਕ ਹੈ ਇਸ ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ b ਦੀ ਵੈਲਿਊ a ਦੀ ਫਾਰਮ ਚ ਆ ਗਈ ਤਾਂ ਮੈਂ ਇਥੇ b ਦੀ ਵੈਲਿਊ a ਦੀ ਫਾਰਮ ਚ ਪਾ ਸਕਦੀ ਹਾਂ 3/4a ਸੇਮ ਇਸੇ ਤਰ੍ਹਾਂ ਤੁਸੀਂ c ਦੀ ਵੈਲਿਊ a ਦੀ ਫਾਰਮ ਚ c ਦੀ ਵੈਲਿਊ a ਦੀ ਫਾਰਮ ਸਾਨੂੰ ਪਹਿਲੀ ਤੇ ਤੀਸਰੀ ਚੱਕਣੀ ਪੈਣੀ ਹੈ ਤਾਂ ਸਾਡੇ ਕੋ ਕਿੰਨੀ ਆ ਜੂਗੀ c ਦੀ ਵੈਲਿਊ ਆ ਜੂਗੀ 3/7a ਠੀਕ ਹੈ ਤਾਂ c ਦੀ ਵੈਲਿਊ ਪਾ ਦਿਓ 3/7a ਸਿੰਪਲ ਹੁਣ ਅਸੀਂ ਨਾ ਸਾਰਿਆਂ ਨੂੰ ਆਪਸ ਵਿੱਚ ਜੋੜ ਸਕਦੇ ਹਾਂ ਇਹਨਾਂ ਸਾਰਿਆਂ ਦਾ ਐਲਸੀਐਮ ਲੈ ਲਓ ਏ ਕਾਮਨ ਕੱਢ ਲਓ ਠੀਕ ਹੈ ਏ ਨੂੰ ਕਾਮਨ ਕੱਢਿਆ ਤਾਂ ਰਹਿ ਗਿਆ 1 3/4 3/7 ਬਰਾਬਰ ਹੈ ਸਾਡੇ ਕੋਲ 427 ਠੀਕ ਹੈ ਨਾ ਹੁਣ ਅਸੀਂ ਇਹ ਕਰਕੇ ਰਹੇ ਹਾਂ ਬੇਸਿਕਲੀ ਅਸੀਂ ਏ ਦੀ ਵੈਲਿਊ ਨਿਕਲੂਗੀ ਇੱਥੇ ਸਾਡੇ ਕੋਲ ਏ ਠੀਕ ਹੈ ਏ ਬਾਹਰ ਕਿਹਾ ਹੋਇਆ 4 ਤੇ 7 ਦਾ ਐਲਸੀਐਮ ਕਿੰਨਾ ਆਜੂਗਾ 28 ਠੀਕ ਹੈ 28 ਐਲਸੀਐਮ ਆ ਗਿਆ ਇਨਕੋ 128 ਆ ਜਾਏਗਾ 4 7 ਦਾ 7 3 ਦਾ 21 ਆ ਜਾਏਗਾ 7 4 ਦਾ 4 3 ਦਾ 12 ਬਰਾਬਰ 4 27 ਠੀਕ ਹੈ ਸਾਰਿਆਂ ਨੂੰ ਜੋੜ ਲਓ ਤੇ ਇਹਨਾਂ ਨੂੰ ਜੋੜ ਕੇ ਸਾਡੇ ਕੋਲ ਕਿਆ ਬਣ ਜੂਗਾ ਦੇਖੋ 21 ਤੇ 12 ਕਿੰਨਾ ਬਣ ਗਿਆ 33 33 ਤੇ ਇਹਨੂੰ ਜੋੜਿਆ 33 ਤੇ 28 61 61 28 ਬਰਾਬਰ ਹੈ 4 27 ਇਹ ਏ ਦੇ ਨਾਲ ਚੱਲ ਰਿਹਾ ਇੱਥੇ ਸਾਡੇ ਕੋਲ ਏ ਦੀ ਵੈਲਿਊ ਆ ਜਾਏਗੀ ਏ ਦੀ ਵੈਲਿਊ ਕਿਆ ਆ ਜਾਏਗੀ ਦੇਖੋ ਏ ਦੀ ਵੈਲਿਊ ਸਾਡੇ ਕੋਲ ਆ ਜਾਏਗੀ 427 ਗੁਣਾ 28 ਕਿਉਂਕਿ 28 نیچے ਹੈ ਉੱਪਰ ਚਲੇ ਜਾਊਗਾ ਤੇ 61 نیچے ਉਹਨੇ 61 ਨਾਲ 427 ਸਿੰਪਲ ਕੱਟ ਰਿਹਾ ਹੈ 7 ਨਾਲ ਕਿਉਂਕਿ 1 ਨਾਲ 77 7 6 ਦਾ 42 ਇਹ 7 28 ਸਾਡੇ ਕੋਲ a ਦੀ ਵੈਲਿਊ ਆ ਗਈ 7 28 ਸਾਡੇ ਕੋਲ ਕਿੰਨਾ ਆ ਜਾਏਗਾ 196 ਇਹ ਸਾਡੇ ਕੋਲ a ਦੀ ਵੈਲਿਊ ਆਈ ਹੈ ਸਾਨੂੰ ਇਹਦੇ ਵਿੱਚ ਜਿਹੜਾ ਕੁਐਸਚਨ ਚ ਪੁੱਛਿਆ ਵਾ ਇਹ ਦੇਖੋ ਕੁਐਸਚਨ ਸਾਨੂੰ ਕਿਆ ਪੁੱਛਿਆ ਵਾ ਇਹ ਕੁਐਸਚਨ ਚ ਕਿਆ ਪੁੱਛਿਆ ਵਾ ਫਾਈਂਡ ਦਾ ਸ਼ੇਅਰ ਆਫ ਈਚ ਹੁਣ ਸੀ ਇਹਦੇ ਵਿੱਚ ਦੇਖੋ ਆਪਸ਼ਨਾਂ ਵਿੱਚ a ਦੀ ਵੈਲਿਊ ਸਾਨੂੰ 196 ਆਈ ਹੈ ਤਾਂ a ਦੀ ਵੈਲਿਊ 196 ਸਿਰਫ ਪਹਿਲੀ ਆਪਸ਼ਨ ਵਿੱਚ ਹੈ ਤਾਂ ਸਾਡੀ ਪਹਿਲੀ ਆਪਸ਼ਨ ਹੀ ਠੀਕ ਹੈ ਕਿਉਂਕਿ ਜੇਕਰ ਇਹਦੇ ਵਿੱਚ ਕਿਸੇ ਹੋਰ 'ਚ a ਦੀ 196 ਹੁੰਦੀ ਤਾਂ ਆਪਾਂ b c ਦੀ ਕੱਢ ਕੇ ਇੱਕ ਵਾਰ ਸ਼ੋਰ ਕਰਨੀ ਦੀ ਪਰ ਇਹਦੇ ਵਿੱਚ ਪਹਿਲੀ ਆਪਸ਼ਨ 'ਚ a ਦੀ 196 ਤਾਂ ਸਾਡੇ ਕੋਲ a ਦੀ ਜਿਹੜੀ 196 ਹੀ ਵੈਲਿਊ ਆਈ ਹੈ ਤਾਂ ਮਤਲਬ ਪਹਿਲੀ ਆਪਸ਼ਨ ਸਹੀ ਹੈ ਫਿਰ ਮੈਂ ਤੁਹਾਨੂੰ b ਤੇ c ਦੀ ਵੈਲਿਊ ਕੱਢ ਕੇ ਦਿਖਾ ਦਨੀ ਕਿਵੇਂ ਆਉਂਗੀ a ਇਕੁਏਸ਼ਨ ਦੀ ਹੈਲਪ ਨਾਲ ਆਉਗੀ ਸਾਡੇ ਕੋਲ a ਦੀ ਵੈਲਿਊ ਕਿੰਨੀ ਆ ਗਈ 196 ਇਹਦੇ ਵਿੱਚ a ਦੀ 196 ਪੁੱਟ ਕਰੋ ਇਸ ਤਰ੍ਹਾਂ ਕਰਕੇ ਠੀਕ ਹੈ ਸਾਡੇ ਕੋਲ b ਦੀ ਬਣ ਜੇਗੀ ਤੈਨੂੰ ਘਟੋ 4 ਫੋਰਸ ਆ 16 4 ਨਾਈਸ ਆ 49 3ਸ ਆ 3 ਨਾਈਸ ਆ 27 147 ਆ ਗਈ ਸਾਡੇ ਕੋਲ b ਦੀ ਵੈਲਿਊ ਠੀਕ ਹੈ ਦੇਖੋ 147 b ਦੀ ਵੈਲਿਊ ਆ ਗਈ ਇਸ ਤਰ੍ਹਾਂ ਸਾਡੇ ਕੋਲ c ਦੀ ਵੈਲਿਊ ਜਿਹੜੀ 84 ਆ ਜੂ ਤੁਸੀਂ ਇਹਦੇ ਵਿੱਚ ਪੁੱਟ ਕਰੋਗੇ c ਨੂੰ ਪੁੱਟ ਕਰੋਗੇ ਜਦੋਂ 3/7 ਆਫ 196 ਠੀਕ ਹੈ 7 ਦੋਸਾ 14 5 7 ਦੋਸਾ 56 28 3ਸ 8 3ਸ ਆ 24 ਏ ਸਾਡੇ ਕੋਲ ਹੋ ਗਿਆ ਇਹਨਾਂ ਤਿੰਨਾਂ ਦੀਆਂ ਵੈਲਿਊਜ਼ A ਦੀ ਵੈਲਿਊ B ਦੀ ਵੈਲਿਊ ਤੇ C ਦੀ ਵੈਲਿਊ ਸੋ ਦਾ অপਸ਼ਨ ਨੰਬਰ 1 ਰਾਈਟ ਹੈ ਹੋਪ ਤੁਹਾਨੂੰ ਕੁਐਸਚਨ ਸਮਝ ਆਇਆ ਹੋਗਾ ਨੈਕਸਟ ਕੁਐਸਚਨ ਹੈ ਦੇਖੋ ਕੀ ਹੈ ਇਫ ਦਾ ਕੰਪਾਊਂਡ ਇੰਟਰਸਟ ਔਨ ਸਰਟਨ ਸਮ ਐਟ ਦਾ ਰੇਟ 16 2/3% ਫਾਰ 4 ইয়ারਸ ਇਜ਼ ਰੁਪੀਏ 2210 ਫਾਈਂਡ ਦਾ ਸਿੰਪਲ ਇੰਟਰਸਟ ਔਨ ਦਾ ਸੇਮ ਸਮ ਐਟ ਦਾ ਸੇਮ ਰੇਟ ਫਾਰ ਦਾ ਸੇਮ ਪੀਰੀਅਡ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਔ ਕੁਐਸਚਨ ਹੈ ਇਹ ਕੀ ਕਹਿ ਰਿਹਾ ਇਹ ਦੇਖੋ ਵੀ ਜੇਕਰ ਕਿਸੇ ਰਕਮ ਤੇ ਜੇਕਰ ਕੁਝ ਰਕਮ ਤੇ ਮਿਸ਼ਰਤ ਵਿਆਜ ਜਿਹੜਾ ਕੰਪਾਊਂਡ ਇੰਟਰਸਟ ਹੈ 4 ਸਾਲ ਲਈ ਐਨੇ ਪਰਸੈਂਟ ਦਰ ਹੈ ਸਾਡੀ ਠੀਕ ਹੈ ਐਨੇ ਪਰਸੈਂਟ ਵਿਆਜ ਦਰ ਤੇ 2210 ਰੁਪਏ ਹੁਣੇ 2210 ਰੁਪਏ ਸਾਡੇ ਕੋਲ ਕਿ ਆਏ ਇਹ ਮਿਸ਼ਰਤ ਵਿਆਜ ਹੈ ਠੀਕ ਹੈ ਯਾਨੀ ਕਿ ਸਾਨੂੰ ਕੰਪਾਊਂਡ ਇੰਟਰਸਟ ਦਿਆ ਹੋਇਆ ਹੈ ਤਾਂ ਉਸੇ ਵਿਆਜ ਦਰ ਤੇ ਠੀਕ ਹੈ ਤੇ ਸਾਲਾਂ ਲਈ ਸਧਾਰਨ ਵਿਆਜ ਲਵੋ ਅਸੀਂ ਉਸੇ ਲਈ ਸਧਾਰਨ ਵਿਆਜ ਯਾਨੀ ਕਿ ਸਿੰਪਲ ਇੰਟਰਸਟ ਜੋ ਫਾਈਂਡ ਕਰਨਾ ਹੈ ਕੰਪਾਊਂਡ ਇੰਟਰਸਟ ਸਾਨੂੰ 기ਵਨ ਹੈ ਸਿੰਪਲ ਇੰਟਰਸਟ ਅਸੀਂ ਫਾਈਂਡ ਕਰਨਾ ਹੁਣ ਇਹ ਜਿਹੜੇ ਦੋਨੋਂ ਕੰਪਾਊਂਡ ਇੰਟਰਸਟ ਦਾ ਜੋ ਟਾਪਿਕ ਹੈ ਤੇ ਸਿੰਪਲ ਇੰਟਰਸਟ ਦੋਨੋਂ ਫਾਰਮੂਲੇ ਤੇ ਦੋਨੋਂ ਟਾਪਿਕ ਯੂਜ਼ ਹੋ ਰਹੇ ਹਨ ਕੰਪਾਊਂਡ ਇੰਟਰਸਟ ਦਾ ਸਾਡੇ ਕੋਲ ਫਾਰਮੂਲਾ ਕੀ ਹੁੰਦਾ ਹੈ ਇਹ ਸਾਡੇ ਕੋਲ ਹੁੰਦਾ ਹੈ ਪੀ 1 r 100 ਦੀ ਪਾਵਰ ਟੀ ਜਿਹੜੇ ਸਾਡੇ ਕੋਲ ਪੀ ਮੂਲ ਤਨ ਹੈ r ਕੀ ਹੈ ਵਿਆਜ ਦਰ ਦੀ ਰੇਟ ਹੈ ਤੇ T ਹੈ ਜਿਹੜਾ ਸਾਡੇ ਕੋਲ ਟਾਈਮ ਜਾਂ ਸਮਾਂ ਹੈ ਇਸ ਤਰ੍ਹਾਂ ਸਾਡੇ ਕੋਲ ਸਿੰਪਲ ਇੰਟਰਸਟ ਦਾ ਫਾਰਮੂਲਾ ਤੁਹਾਨੂੰ ਪਤਾ ਹੀ ਹੋਣਾ P R T 100 ਠੀਕ ਹੈ ਇਹ ਮੂਲ ਤਨ ਹੈ ਇਹ ਵਿਆਜ ਦੀ ਦਰ ਹੈ ਇਹ ਸਮਾਂ 100 ਹੁਣ ਸਾਨੂੰ ਇੱਥੇ ਵਿੱਚ ਦਿੱਤਾ ਸਾਨੂੰ ਕੰਪਾਊਂਡ ਇੰਟਰਸਟ ਹੋਇਆ ਹੈ ਅਗਰ ਸਾਨੂੰ ਜਿਹੜਾ ਇਹ ਦੇਖੋ ਕਪਾਊਂਡ ਇੰਟਰਸਟ ਦਾ ਇਹ ਵਾਲਾ ਫਾਰਮੂਲਾ ਜਿਹੜਾ ਆਪਾਂ ਯੂਜ਼ ਕਰਦੇ ਹਾਂ ਇਹ ਅਸਲ ਵਿੱਚ ਕੰਪਾਊਂਡ ਇੰਟਰਸਟ ਦਾ ਫਾਰਮੂਲਾ ਨਹੀਂ ਹੈ ਇਹ ਅਮਾਊਂਟ ਦਾ ਫਾਰਮੂਲਾ ਹੈ ਵੀ ਕੰਪਾਊਂਡ ਇੰਟਰਸਟ ਲੱਗਣ ਤੋਂ ਬਾਅਦ ਪੂਰਾ ਅਮਾਊਂਟ ਕਿੰਨਾ ਬਣ ਜੇਗਾ ਤੁਹਾਨੂੰ ਕਿੰਨੇ ਪੈਸੇ ਜੋ ਵਾਈ ਹੈਂਡ ਮਿਲ ਜਾਣਗੇ ਵੀ ਇੰਨਾ ਤੁਹਾਡਾ ਵਿਆਜ ਲਾ ਕੇ ਇੰਨੇ ਪੈਸੇ ਜਾਂ ਫਿਰ ਅਗਰ ਤੁਸੀਂ ਵਿਆਜ ਤੇ ਲਏ ਤਾਂ ਤੁਹਾਨੂੰ ਕਿੰਨੇ ਪੈਸੇ ਟੋਟਲ ਦੇਣੇ ਪੈਣੇ ਹਨ ਦੇਖੋ ਹੁਣ ਜਿਵੇਂ ਮੈਂ ਕੋਈ ਪੈਸੇ ਕੰਪਾਊਂਡ ਇੰਟਰਸਟ ਤੇ ਲਈ ਹੈ ਠੀਕ ਹੈ ਤਾਂ ਮੰਨ ਲਓ ਮੈਨੂੰ ਜਿਸ ਤੋਂ ਮੈਂ ਲਏ ਆ ਉਹ ਮਨੂੰ ਅਮਾਊਂਟ ਕਹਿ ਰਿਹਾ ਕਿ 100 ਰੁਪਇਆ ਬਣ ਗਿਆ ਠੀਕ ਹੈ 100 ਰੁਪਇਆ ਤੁਸੀਂ ਦੇਣਾ ਸਣੇ ਵਿਆਜ ਤੇ ਪਰ ਹੁਣ ਮੈਨੂੰ ਇੰਨਾ ਪਤਾ ਹੈ ਕਿ ਮੈਂ ਲਏ 70 ਠੀਕ ਹੈ ਮੈਂ 70 ਰੁਪਏ ਉਹ ਤੋਂ ਵਿਆਜ ਤੇ ਲਈ ਤੇ ਦਾ ਮਤਲਬ ਮੈਨੂੰ ਕਿੰਨਾ ਵਿ ਹੁਣ ਇਹ 100 ਹੈ ਜਿਹੜਾ ਇਹ ਅਮਾਉਂਟ ਬਣ ਗਿਆ ਜਿਹੜਾ ਮੈਨੂੰ ਮੰਗਿਆ ਠੀਕ ਹੈ ਕਿ ਤੁਸੀਂ ਵਿਆਜ ਤੇ ਪੈਸੇ ਲਈ ਤੁਹਾਡੇ 100 ਰੁਪਏ ਬਣ ਗਏ ਠੀਕ ਹੈ 70 ਰੁਪਏ ਉਹ ਹੈ ਜਿਹੜੇ ਮੈਂ ਲਈ ਦੀ ਮਤਲਬ ਮੈਂ 70 ਰੁਪਏ ਲਈ ਤੇ ਮੈਂ 100 ਰੁਪਏ ਦੇਣੇ ਦਾ ਮਤਲਬ ਮੈਨੂੰ 30 ਰੁਪਏ ਵਿਆ ਲੱਗਿਆ ਉਹੀ ਕਨਸੈਪਟ ਲਾ ਕੇ ਅਸੀਂ ਇੱਥੇ ਯੂਜ਼ ਕਰੂਗੇ ਇਹ ਸਾਡੇ ਕੋਲ ਫਾਰਮੂਲਾ ਹੁੰਦਾ ਹੈ ਅਮਾਉਂਟ ਦਾ ਜਿਹਨਾਂ ਸਾਡਾ ਟੋਟਲ ਪੈਸੇ ਬਣ ਗਏ ਜੇ ਅਸੀਂ ਕੱਢਣਾ ਹੈ ਵੀ ਕੰਪਾਊਂਡ ਇੰਟਰਸਟ ਕਿੰਨਾ ਲੱਗਿਆ ਤਾਂ ਅਸੀਂ ਇਸ ਪੂਰੇ ਅਮਾਉਂਟ ਵਿੱਚੋਂ ਕੀਆ ਘਟਾਉਂਗੇ ਪ੍ਰਿੰਸੀਪਲ ਕੁੱਲ ਬਣਦੀ ਰਸ਼ ਤੋਂ ਮੂਲਧਨ ਘਟਾਉਂਗੇ ਸਾਨੂੰ ਵਿਆਜ ਪਤਾ ਲੱਗ ਜਾਊਗਾ ਬਸ ਇਸ ਵਿੱਚ ਇਹੀ ਜੋ ਪਹਿਲੇ ਸਮਝਣ ਵਾਲੀ ਗੱਲ ਸੀਗੀ ਇਹੀ ਹੈ ਠੀਕ ਹੈ ਤਾਂ ਇਹਦੇ ਵਿੱਚ ਅਸੀਂ ਕੰਪਾਊਂਡ ਇੰਟਰਸਟ ਕਿਵੇਂ ਕੱਢੂਗੇ ਅਮਾਉਂਟ ਵਿੱਚੋਂ ਪ੍ਰਿੰਸੀਪਲ ਮਾਈਨਸ ਕਰਕੇ ਅਮਾਉਂਟ ਸਾਡੇ ਕੋਲ ਹੈਗਾ ਇਹ ਪੀ 1 r 100 ਦੀ t ਮਾਈਨਸ ਕਰੂਗੇ ਪੀ ਠੀਕ ਹੈ ਤੇ ਇਹ ਸਾਨੂੰ ਦਿੱਤਾ ਹੋਇਆ ਕਿੰਨਾ ਹੈ ਕਿ ਪੂਰਾ ਕੰਪਾਊਂਡ ਇੰਟਰਸਟ ਕਿੰਨਾ ਹੈ ਸਾਡੇ ਕੋਲ ਜਿਹੜਾ ਇਹ ਸਾਨੂੰ 2210 ਰੁਪਿਆ ਦਿੱਤਾ ਹੋਇਆ ਹੈ 2210 ਇੱਥੇ 2210 ਲਿਖ ਲਓ ਹੁਣ ਇਹਦੇ ਵਿੱਚ ਜੋ ਸਾਨੂੰ 기ਵਨ ਹੈ ਉਹਨੂੰ ਯੂਜ਼ ਕਰ ਲਓ ਸਾਨੂੰ ਰੇਟ ਦਿੱਤੀ ਵੀ ਹੈ ਵਿਆਜਦਾਰ ਸਮਾ ਦੱਤਾ ਵਾਏ ਪੀ ਨਹੀਂ ਦਿੱਤਾ ਵਾ ਪੀਏ ਸੀ ਕੱਢਣਾ ਹੈ ਦੇਖੋ ਰੇਟ ਕਿੰਨੀ ਦਿੱਤੀ ਹੋਈ ਹੈ ਸਾਨੂੰ ਇਹ ਸਾਨੂੰ ਦਿੱਤੀ ਹੋਈ ਹੈ ਰੇਟ ਜਿਹੜੀ ਹੈ 16 2 3 ਇਹਨੂੰ ਸੌਲਵ ਕਰੂਗੇ 16 3 2 48 2 50 3 ਪ੍ਰਤੀਸ਼ਾ ਸਾਡੇ ਕੋਲ ਰੇਟ ਆ ਗਈ ਠੀਕ ਹੈ ਇਹਨੂੰ ਹੀ ਹੁਣ ਅਸੀਂ ਇੱਥੇ ਯੂਜ਼ ਕਰੂਗੇ ਇਹ ਦੇਖੋ ਹੁਣ ਸਾਡੂ ਕੀ ਬਣ ਜੂਗਾ 1 ਪਲੱਸ ਇੱਥੇ ਰੇਟ ਦੀ ਵੈਲਿਊ ਪਾਈ 50 3 ਨੀਚੇ 100 ਐ 100 ਪਾ ਦੋ ਠੀਕ ਐ ਗੁਣਾ ਚਾਜੇਗਾ 100 T ਸਾਡੇ ਕੋਲ ਸਮਾਂ ਸਾਨੂੰ ਦਿੱਤਾ ਹੋਇਆ 4 ਸਾਲ ਠੀਕ ਐ 4 ਸਾਲ ਦੇ ਸਮੇਂ ਲਈ ਐ ਇਹ 4 ਸਾਲ ਸਮਤ ਇਹਦੇ ਵਿੱਚੋਂ ਮਾਈਨਸ ਕਰਿਆ P ਸਾਡੇ ਕੋਲ ਬਣ ਗਿਆ 2210 ਜਿੰਨੂੰ ਸੋਲਵ ਕਰ ਲੋ 50 ਨਾਲ 100 ਦੋ ਤੇ ਕੱਟਿਆ 3 ਨੂੰ 6 6 1 7 7 6 ਦੀ ਪਾਵਰ 4 b ਨਾਲ ਲੱਗਿਆ ਹੋਇਆ -pp 2210 ਠੀਕ ਹੈ ਹੁਣ ਇਹਦੀ ਪਾਵਰ ਚਾਰ ਸੋਲਵ ਕਰਨੀ ਹੈ ਪਹਿਲਾਂ ਸਿਰਫ p ਦੋਨਾਂ ਨਾਲ ਲੱਗਿਆ ਹੋਇਆ ਤਾਂ p ਨੂੰ ਅਸੀਂ ਕਾਮਨ ਕੱਢ ਲੈਣੇ ਆ 7/6 ਦੀ ਪਾਵਰ 4 -1 2210 ਹੁਣ ਇਹ ਦੇਖੋ ਅਸੀਂ ਇਹਦੇ ਵਿੱਚ ਸਾਨੂੰ ਪਾਵਰਾਂ ਸੋਲਵ ਕਰਨੀਆਂ ਪੈਣੀਆਂ 7 ਦੀ ਪਾਵਰ 4 6 ਦੀ ਪਾਵਰ 4 ਇਦੇ ਚ ਕੀ ਚੀਜ਼ ਐ ਕਿ ਜਦੋਂ ਵੀ ਸਾਨੂੰ ਇਸ ਤਰ੍ਹਾਂ ਪਾਵਰ ਆਣੀ ਤਾਂ ਸਾਨੂੰ ਸਕੁਅਰ ਆਰ ਕਯੂਬ ਇਹ ਤੁਹਾਨੂੰ ਸਾਰੇ ਯਾਦ ਕਰਨੇ ਪੈਣੇ ਆ ਘੱਟੋ ਘੱਟ 30 ਤੱਕ ਤਾਂ ਸਾਰੇ ਸਕੁਅਰ ਯਾਨੀ ਕਿ ਸਾਰਿਆਂ ਦੇ ਵਰਗ ਤੇ ਸਾਰਿਆਂ ਦੇ ਘਣ ਸਕੁਅਰ ਤੇ ਕਯੂਬ ਪਾਵਰ 2 ਤੇ ਪਾਵਰ 3 ਤਾਂ ਸਭ ਦੀ ਯਾਦ ਤੁਹਾਨੂੰ ਹੋਣੀ ਹੀ ਚਾਹੀਦੀ ਐ ਪਾਵਰ 4 ਆ ਗਈ 4 ਦੀ ਯਾਦ ਕਰਨੀ ਪੋਸੀਬਲ ਨਹੀਂ ਐ ਕਿਉਂਕਿ ਇੰਨੀ ਪਾਵਰ ਨਹੀਂ ਕਰ ਸਕਦੇ ਪਰ ਜੇਕਰ ਸਾਨੂੰ ਕਯੂਬ ਪਤਾ ਹੁਣ ਜਦੋਂ 7 ਦੀ ਸਕੁਅਰ ਕਿੰਨੀ ਹੁੰਦੀ ਐ 49 ਜਾਂ 49 ਤੇ 7 ਦੀ ਕਯੂਬ ਕਿੰਨੀ ਹੁੰਦੀ ਐ 343 ਜਾਂ 343 ਤਾਂ ਹੁਣ 7 ਦੀ 4 ਕੱਢਣੀ ਹੈ ਤਾਂ ਤੁਸੀਂ ਇਸ ਨੂੰ ਸਿੱਧਾ 7 ਨਾਲ ਗੁਣਾ ਕਰ ਲਓ ਇਹ ਨਹੀਂ ਹੈ ਵੀ ਤੁਸੀਂ 7 ਨੂੰ 4 ਵਾਰ ਕਰ ਕੇ ਦੇਖੋ ਵੀ ਪਹਿਲਾਂ 7 ਸ 49 ਆਉਂਦਾ ਹੈ ਫਿਰ 49 ਸ 7 ਨਾਲ ਕਰਿਆ ਇੰਨਾ ਕਯੂ ਵੀ ਯਾਦ ਰੱਖੋ ਇਹਨੂੰ 7 ਨਾਲ ਕਰ ਲਓ ਜਦੋਂ ਇਹਨੂੰ 7 ਨਾਲ ਅਸੀਂ ਗੁਣਾ ਕਰੂਗੇ ਸਾਰੋ ਕਿੰਨਾ ਆ ਜਾਊਗਾ 2401 ਆ ਗਿਆ ਠੀਕ ਹੈ 2401 ਆ ਗਿਆ ਜਿੱਥੇ ਮੈਂ 2401 ਯੂਜ਼ ਕਰ ਸਕਦੀ ਹਾਂ ਇਸ ਤਰ੍ਹਾਂ 6 ਦੀ 6 ਦੀ ਦੇਖੋ ਸਕੁਅਰ ਯਾਦ ਰੱਖੋ 36 ਹੈ 6 ਦੀ ਕਿਊਬ યાદ ਰੱਖੋ 216 ਹੈ 6 ਦੀ 4 ਨਹੀਂ ਪਤਾ ਕੋਈ ਗੱਲ ਨਹੀਂ ਇਸ ਨੂੰ 6 ਨਾਲ ਗੁਣਾ ਕਰ ਲਓ ਇਸ ਨੂੰ 6 ਨਾਲ ਗੁਣਾ ਕਰਿਆ ਸਾਨੂੰ ਕਿੰਨਾ ਆ ਜਾਏਗਾ 1296 1296 ਇੱਥੇ ਯੂਜ਼ ਕਰ ਲਓ ਠੀਕ ਹੈ ਨਾ ਇਸ ਚੋ ਮਾਈਨਸ ਹੈ 1 p ਬਰਾਬਰ ਹੈ 2210 ਹੁਣ ਦੇਖੋ ਇਹਦੇ ਵਿੱਚੋਂ ਇਹਨੂੰ ਐਲਸੀਐਮ ਲੈ ਕੇ ਮਾਈਨਸ ਕਰਨਾ ਹੈ ਠੀਕ ਹੈ ਐਲਸੀਐਮ ਲੈ ਕੇ ਜਦੋਂ ਅਸੀਂ ਮਾਈਨਸ ਕਰੂਗੇ ਯਾਨੀ ਕਿ 2401 ਚੋਂ 1296 ਘਟਾਓ ਕਿੰਨਾ ਆਊਗਾ ਉਹ ਉੱਪਰ ਆ ਜਾਏਗਾ 2401 ਚੋਂ 1296 11659 ਰਹਿ ਗਿਆ 0 ਇਸ ਨੂੰ ਸੋਲਵ ਕਰਾਂਗੇ ਤਾਂ 2401 ਚੋਂ 1296 ਮਾਈਨਸ ਕਰੇ ਸਾਡੇ ਕੋਲ ਕਿੰਨੇ ਬਣ ਜਾਣੇ 1105 ਬਣ ਜਾਣੇ ਠੀਕ ਹੈ ਓਵਰ 1296 ਇਹ ਸਾਡਾ ਪੂਰਾ ਇਹ ਮਾਈਨਸ ਕਰਨ ਤੋਂ ਬਾਅਦ ਆਇਆ ਠੀਕ ਹੈ ਤੇ ਪੀ ਇੱਧਰ ਹੈ ਇੱਧਰ ਕੀ ਆ ਗਿਆ ਸਾਡੇ ਕੋਲ 2210 ਇੱਥੋਂ ਤੁਸੀਂ ਪੀ ਦੀ ਵੈਲਿਊ ਜੋ ਕੈਲਕੂਲੇਟ ਕਰਨੀ ਹੈ ਕਿਵੇਂ ਕਰੋਗੇ 1296 2210 ਨਾਲ ਮਲਟੀਪਲਾਈ ਹੋ ਜਾਏਗਾ ਤੇ 1105 نیچے ਆ ਜਾਏਗਾ ਤਾਂ ਪੀ ਦੀ ਵੈਲਿਊ ਕੱਢ ਲੈਣੇ ਇਹ ਦੇਖੋ ਨੇ ਦੇਖਣ ਤੋਂ ਹੀ ਪਤਾ ਲੱਗ ਰਿਹਾ ਹੈ ਕਿ 1105 ਨੂੰ 2 ਨਾਲ ਮਲਟੀਪਲਾਈ ਕਰੇ ਤਾਂ ਐਨਾ ਬਣਦਾ ਦੇਖੋ 1105 ਨੂੰ ਅਸੀਂ 2 ਨਾਲ ਕਰਦੇ ਆ ਤਾਂ 2210 ਬਣ ਜਾਏਗਾ ਇਹ 2 ਨਾਲ ਚਲੇ ਗਿਆ ਤੇ 1296 2 1296 2 ਕਿੰਨਾ ਆ ਜਾਏਗਾ 2 6 12 2 9 18 19 2 2 ਦਾ 4 5 2 1 ਦਾ 2 ਇਹ 2592 ਸਾਡੇ ਕੋਲ ਕੀ ਬਣ ਗਿਆ ਇਹ ਸਾਡੇ ਕੋਲ ਪ੍ਰਿੰਸੀਪਲ ਅਮਾਉਂਟ ਆ ਗਿਆ ਮਤਲਬ ਕਿ ਮੂਲਧਨ ਸਾਡੇ ਕੋਲ ਬਣ ਗਿਆ ਇਹ ਠੀਕ ਹੈ ਪੀ ਸਾਡੇ ਕੋਲ ਕਿੰਨਾ ਆ ਗਿਆ 2592 ਪਰ ਅਸੀਂ ਕੱਢਣਾ ਕਿ ਸਾਡੇ ਕੋਲ ਕੁਐਸਚਨ ਕੀ ਆਇਆ ਹੈ ਇਹ ਸਾਡਾ ਸਿਰਫ ਇੱਕ ਪਾਰਟ ਦਾ ਤੋਂ ਮੇਰਾ ਕੁਐਸਚਨ ਹੈਗਾ ਵੈਸੀ ਸਿੰਪਲ ਇੰਟਰਸਟ ਦੀ ਵੈਲਿਊ ਫਾਈਂਡ ਕਰਨੀ ਹੈ ਹੁਣ ਇਸ ਦੀ ਹੈਲਪ ਨਾਲ ਤੁਸੀਂ ਸਿੰਪਲ ਇੰਟਰਸਟ ਦੀ ਵੈਲਿਊ ਕਿਦਾਂ ਫਾਈਂਡ ਕਰ ਸਕਦੇ ਆ ਦੇਖੋ ਹੁਣ ਸਿੰਪਲ ਇੰਟਰਸਟ ਸਾਡੇ ਕੋਲ ਕੀ ਹੁੰਦਾ ਹੈ ਸਿੰਪਲ ਇੰਟਰਸਟ ਹੁੰਦਾ ਹੈ ਪੀ ਇੰਟੂ ਆਰ ਇੰਟੂ ਟੀ ਬਾਈ 100 ਮੈਂ ਸਟਾਰਟਿੰਗ ਤੋਂ ਉਹ ਫਾਰਮੂਲਾ ਸੀ ਇਹਦਾ ਸਾਡੇ ਕੋਲ ਪੀ ਦੀ ਵੈਲਿਊ ਆ ਗਈ ਹੈ ਪੀ ਦੀ ਵੈਲਿਊ ਕਿੰਨੀ ਆ ਗਈ 2592 ਆਰ ਸਾਡੇ ਕੋਲ ਕਿੰਨਾ ਹੈ ਆਰ ਸਾਡੇ ਕੋਲ ਹੈਗਾ 50/3 ਠੀਕ ਹੈ ਸੋळा 2/3 2 50/3 ਹੋ ਗਿਆ ਟਾਈਮ ਸਾਡੇ ਕੋਲ ਕਿੰਨਾ ਹੈ 4 ইয়ারਸ বাই 100 ਵੀ ਹੈ ਇਸ ਸਰੇ ਕੋਲ ਆ ਗਿਆ 100 ਇਹਨੂੰ ਸਾਰੇ ਨੂੰ ਕੈਨਸਲ ਕਰੋ ਦੇਖੋ 50 ਨਾਲ 2 ਤੇ ਗਿਆ 2 ਇਸ 2 ਨਾਲ ਗਿਆ 3 ਨੂੰ ਇਹ ਤੇ ਕੱਟ ਦੋ 3 8 24 3 6 18 3 4 12 ਠੀਕ ਹੈ ਸਾਡੇ ਕੋਲ ਕੀ ਰਹਿ ਗਿਆ ਸਿਰਫ 864 2 ਇਸ ਟੂ ਕਿੰਨਾ ਆ ਜਾਏਗਾ टू फोर द एट टू सिक्स ट्वेल्व टू एट सिक्सटीन सैवनटीन सोरे को वन सैवन टू एट वन सैवन टू एट सापल इंटरस्ट आ गया जो कि सा इस ऑप्शन नंबर ए है ठीक है ऑप्शन नंबर ए इसका सही उत्तर है मैं साइ नैक्स क्वेश्चन है आफ्टर गैटिंग टू सक्सेसिव डिस्काउंट्स अ परस विद द लिस्ट प्राइस ऑफ रुपीज टू हंड्रेड इज अवेलेबल एट रुपीज़ वन ट्वेंटी थ्री इफ द सेकेंड डिस्काउंट इज ट्वेंटी फाइव परसेंट फाइन द फर्स्ट डिस्काउंट एवं की है देखो ਪੰਜਾਬੀ ਵਿੱਚ ਦੇਖ ਲਓ ਇੱਕ ਬਟੂਆ ਹੈ ਜਿਸ ਦੀ ਸੂਚੀ ਕੀਮਤ 200 ਰੁਪਏ ਹੈ ਠੀਕ ਹੈ ਦੋ ਵਾਰ ਲਗਾਤਾਰ ਛੂਟ ਮਿਲਣ ਤੋਂ ਬਾਅਦ ਉਸ ਦੀ ਕੀਮਤ ਜੋ ਹੈ 123 ਰੁਪਏ ਵਿੱਚੋਂ ਉਪਲਬਧ ਹੋ ਗਿਆ ਜੇਕਰ ਦੂਜੀ ਛੂਟ 25% ਹੈ ਤਾਂ ਪਹਿਲੀ ਛੂਟ ਕਿੰਨੀ ਹੈ ਤਾਂ ਹੁਣ ਇਹ ਸਾਡੇ ਕੋਲ ਇਹਦੇ ਵਿੱਚ ਕੀ ਆਏ ਜੋੜੀ ਇਹਦੀ ਸੂਚੀ ਕੀਮਤ ਹੈ ਸੂਚੀ ਕੀਮਤ ਜਾਂ ਫਿਰ ਮਾਰਕੀਟ ਪ੍ਰਾਈਸ ਮਾਰਕੀਟ ਪ੍ਰਾਈਸ ਜਾਂ ਸੂਚੀ ਕੀਮਤ ਇਹ ਹੁੰਦੀ ਹੈ ਜਿਹੜੀ ਕੀਮਤ ਕਿਸੇ ਚੀਜ਼ ਉੱਤੇ ਲਿਖੀ ਹੁੰਦੀ ਹੈ ਵੀ ਇਸ ਦੀ ਕੀਮਤ ਇੰਨੀ ਹੈ ਇਹਨੂੰ ਅਸੀਂ ਸੂਚੀ ਕੀਮਤ ਜਾਂ ਮਾਰਕੀਟ ਪ੍ਰਾਈਸ ਕਹਿੰਦੇ ਆ ਉਹ ਕਿੰਨੀ ਹੈ 200 ਰੁਪਏ ਹੈ ਹੁਣ ਇਹ ਉਪਲਬਧ ਕਿੰਨੇ ਨੂੰ ਹੋਗੀ ਕਿੰਨੇ ਦੀ ਮਿਲ ਗਈ ਇਹ ਚੀਜ਼ ਜਿਨੇ ਵੀ ਇਹ ਪਰਸ ਖਰੀਦਿਆ ਬਟੂ ਖਰੀਦਿਆ ਉਹਨੂੰ ਕਿੰਨੇ ਦਾ ਮਿਲਿਆ ਇਹ 123 ਰੁਪਏ ਦਾ ਮਿਲਿਆ ਠੀਕ ਹੈ ਨਾ ਹੁਣ ਇਹ ਡਿਸਕਾਊਂਟ ਦਾ ਕੁਐਸਚਨ ਹੈ ਡਿਸਕਾਊਂਟ ਦਾ ਮਤਲਬ ਛੂਟ ਦਾ ਕੁਐਸਚਨ ਹੈ ਅਗਰ ਉਹਨੂੰ 800 ਰੁਪਏ ਸੂਚੀ ਕੀਮਤ ਦਾ 800 ਰੁਪਏ ਵਿੱਚ ਉਸਨੇ ਖਰੀਦ ਲਿਆ ਤਾਂ ਉਹਨੂੰ ਕਿੰਨਾ ਡਿਸਕਾਊਂਟ ਜਾਂ ਛੂਟ ਮਿਲੀ ਹੈ ਦੇਖੋ ਕਿੰਨਾ ਡਿਸਕਾਊਂਟ ਜਾਂ ਉਹਨੂੰ ਛੂਟ ਮਿਲੀ ਹੈ ਓਵਰਆਲ ਉਸਨੂੰ ਡਿਸਕਾਊਂਟ ਜਾਂ ਛੂਟ ਕਿੰਨੀ ਮਿਲੀ ਹੈ 200 ਵਿੱਚੋਂ 123 ਅਸੀਂ ਘਟਾਇਆ ਸਾਡੇ ਕੋਲ ਰਹਿ ਗਿਆ 77 ਇਸ ਦਾ ਮਤਲਬ 77 ਰੁਪਏ ਦੀ ਉਸਨੂੰ ਛੂਟ ਮਿਲੀ ਹੈ ਠੀਕ ਹੈ ਜਿਹੜੀ ਹੁਣ ਇਹਨੂੰ 77 ਰੁਪਏ ਦੀ ਛੂਟ ਮਿਲੀ ਹੈ ਇਹਦੇ ਵਿੱਚ ਕੀ ਆ ਦੇਖਣ ਵਾਲਾ ਕੁਐਸਚਨ ਹੈ ਕਿ ਇਹ ਦੋ ਵਾਰ ਛੂਟ ਮਿਲਣ ਤੋਂ ਬਾਅਦ ਉਹਨੂੰ ਐਨ ਰੁਪਏ ਦੀ ਮਿਲੀ ਇਹਦਾ ਮਤਲਬ ਉਹਨੂੰ ਦੋ ਵਾਰ ਇੱਕ ਵਾਰ ਇੱਕ ਛੂਟ ਪ੍ਰਤੀਸ਼ਤ ਅਲੱਗ ਲੱਗਿਆ ਦੂਸਰੀ ਵਾਰ ਛੂਟ ਪ੍ਰਤੀਸ਼ਤ ਅਲੱਗ ਲੱਗਿਆ ਉਹਨੂੰ ਫਿਰ ਓਵਰਆਲ ਐਨ ਰੁਪਏ ਦੀ ਛੂਟ ਮ ਠੀਕ ਹੈ ਅਸੀਂ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਓਵਰਆਲ ਡਿਸਕਾਊਂਟ ਪਰਸੈਂਟ ਕੱਢੂਗੇ ਓਵਰਆਲ ਛੂਟ ਪ੍ਰਤੀਸ਼ਤ ਕਿੰਨੀ ਹੈ ਇਹ ਸਾਡੇ ਕੋਲ ਡਿਸਕਾਊਂਟ ਪਰਸੈਂਟ ਦਾ ਫਾਰਮੂਲਾ ਕੀ ਹੁੰਦਾ ਹੈ ਡਿਸਕਾਊਂਟ बटे ਮਾਰਕੀਟ ਪ੍ਰਾਈਸ ਗੁਣਾ 100 ਮਤਲਬ ਕਿ ਜਿੰਨਾ ਡਿਸਕਾਊਂਟ ਹੈ ਹੁਣ ਸਾਡੇ ਕੋਲ ਡਿਸਕਾਊਂਟ ਕਿੰਨਾ ਹੈ 70 ਰੁਪਏ ਮਾਰਕੀਟ ਪ੍ਰਾਈਸ ਕਿੰਨਾ ਹੈ 200 ਰੁਪਏ ਗੁਣਾ 100 ਇਹ ਸਾਡੀ ਡਿਸਕਾਊਂਟ ਪਰਸੈਂਟ ਅਸੀਂ ਕੱਢ ਰਹੇ ਹਾਂ ਸਾਡੇ ਕੋਲ ਡਿਸਕਾਊਂਟ ਪਰਸੈਂਟ ਕਿੰਨਾ ਆ ਜਾਏਗਾ 77/2 ਮਤਲਬ ਕਿ ਉਹ ਜਿਹੜੇ ਡਿਸਕਾਊਂਟ ਪਰਸੈਂਟ ਹੈ ਉਸ 77/2% ਹੈ ਠੀਕ ਹੈ ਇਹਨੂੰ ਕੱਟ ਵੀ ਸਕਦੇ ਆ ਪਰ ਇਸ ਨੂੰ ਅੱਗੇ ਯੂਜ਼ ਕਰਨਾ ਤੁਸੀਂ ਨਹੀਂ ਵੀ ਇਹਦੀ ਕਟਿੰਗ ਕਰਨੀ ਤਾਂ ਵੀ ਕੋਈ ਚੱਕਰ ਨਹੀਂ ਹੈ ਠੀਕ ਹੈ ਕਰਨੀ ਹੈ ਕਰ ਲੋ ਇਹਦੀ 38.5 ਇਨ ਕੀ 38.5 ਆ ਜਾਏਗਾ ਉਹਨੂੰ ਡਿਸਕਾਊਂਟ ਪ੍ਰਤੀਸ਼ਤ ਦੀ ਓਵਰਆਲ ਮਿਲੀ ਹੈ ਹੁਣ ਸਾਨੂੰ ਅਸੀਂ ਕੱਢਣਾ ਕੀ ਹੈ ਸਾਨੂੰ ਦੋ ਹੀ ਡਿਸਕਾਊਂਟ ਪ੍ਰਤੀਸ਼ਤ ਦਿੱਤੀ ਹੋਈ ਹੈ 25% ਅਸੀਂ ਪਹਿਲੀ ਵਾਲੀ ਕੱਢਣੀ ਹੈ ਇਹ ਜੋ ਸਕਸੈਸਿਵ ਡਿਸਕਾਊਂਟ ਹੈ ਜਾਂ ਫਿਰ ਇਹਨੂੰ ਜੋ ਲਗਾਤਾਰ ਛੂਟ ਕਹਿ ਦਿੰਦੇ ਆ ਠੀਕ ਹੈ ਦੋ ਵਾਰ ਲਗਾਤਾਰ ਛੂਟ ਜਿਹਨੂੰ ਇੰਗਲਿਸ਼ ਸਕਸੈਸਿਵ ਡਿਸਕਾਊਂਟ ਕਹਿੰਦੇ ਆ ਇਹਦਾ ਇੱਕ ਫਾਰਮੂਲਾ ਹੈ ਇਸ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਇੱਕ ਡਿਸਕਾਊਂਟ ਪਹਿਲਾ ਹੁੰਦਾ ਹੈ ਪਹਿਲਾ ਡਿਸਕਾਊਂਟ ਪਰਸੈਂਟ ਠੀਕ ਹੈ ਪਲੱਸ ਦੂਸਰਾ ਡਿਸਕਾਊਂਟ ਪਰਸੈਂਟ ਮਾਈਨਸ ਪਹਿਲੇ ਡਿਸਕਾਊਂਟ ਪਰਸੈਂਟ ਨੂੰ ਦੂਸਰੇ ਡਿਸਕਾਊਂਟ ਨਾਲ ਮਲਟੀਪਲਾਈ ਗੁਣਾ 100 ਇਹ ਸਾਡੇ ਕੋਲ ਬਰਾਬਰ ਹੁੰਦਾ ਹੈ ਓਵਰਆਲ ਡਿਸਕਾਊਂਟ ਪਰਸੈਂਟ ਠੀਕ ਹੈ ਨਾ ਓਵਰਆਲ ਡਿਸਕਾਊਂਟ ਪਰਸੈਂਟ ਦੇ ਇਹ ਦੋਨੇ ਬਰਾਬਰ ਹੋਣਗੇ ਸਾਡੇ ਕੋਲ ਓਵਰਆਲ ਡਿਸਕਾਊਂਟ ਪਰਸੈਂਟ ਇਹਦੀ ਮੈਂ ਵੈਲਿਊ ਤੁਹਾਨੂੰ ਦੱਸਤੀ ਆ ਆਪਾਂ ਨੂੰ ਕੋਲ 77/ 2 70/2 ਆ ਗਈ ਹੈ d1 ਸਾਨੂੰ ਪਤਾ ਨਹੀਂ ਹੈ ਕਿ ਉਹਨੂੰ ਪਹਿਲੀ ਵਾਰ ਕਿੰਨੇ ਪਰਸੈਂਟ ਛੂਟ ਮਿਲੀ ਦੂਸਰੀ ਵਾਰ ਸਾਨੂੰ ਇਸ ਕੁਐਸਚਨ ਵਿੱਚ ਦੇ ਰੱਖਿਆ ਹੈ ਕਿ ਉਹਨੂੰ 25% ਛੂਟ ਮਿਲੀ ਹੈ ਜਿਹੜੀ ਦੂਸਰੀ ਵਾਰ ਮਿਲੀ ਹੈ ਇੱਥੇ ਦੂਸਰੀ ਵਾਰ ਵਾਲੀ ਨੂੰ ਅਸੀਂ 25 ਯੂਜ਼ ਕਰ ਲੈਣੇ ਆ d1 ਨੂੰ d1 ਛੱਡ ਦੋ ਠੀਕ ਹੈ 25 d1 ਦੀ ਵੈਲਿਊ ਕੱਢਣੀ ਹੈ 25 100 25 ਨੂੰ 100 ਨਾਲ ਕੱਟਿਆ 4 ਆ ਗਿਆ ਠੀਕ ਹੈ ਨਾ ਤਾਂ d1 4 ਇਧਰ 25 ਪਲੱਸ ਦਾ ਹੈ 25 ਉਧਰ ਜਾ ਕੇ ਮਾਈਨਸ ਦਾ ਹੋ ਜਾਏਗਾ ਤੇ ਇਧਰ ਆ d1 ਵਾਲੇ ਕੈਨਸਲ ਕਰ ਦਿਓ ਉਹਦੇ ਸਾਡੇ ਕੋਲ ਆ ਜਾਏਗਾ d1 d1 4 77 2 ਦੇ 25 ਠੀਕ ਹੈ ਸੋਲਵ ਕਰੋ ਇਹਨੂੰ ਐਲਸੀਐਮ ਲੈ ਕੇ ਇਹ ਆ ਜਾਏਗਾ 3d1/4 ਠੀਕ ਹੈ ਇਕੁਅਲ ਟੂ ਇਦਾਂ ਹੀ 77 ਵਿੱਚੋਂ 25 ਨੂੰ 50 50 ਸੀ ਮਾਈਨਸ ਕਰਤਾ 27/ 2 ਰਹਿ ਜਾਏਗਾ ਠੀਕ ਹੈ ਹੁਣ ਇਸ d1 ਦੀ ਕਟਿੰਗ ਕਰ ਦੋ 1 ਕਿਵੇਂ ਅਜਿਹੇ ਕੋਲ d1 ਆ ਜਾਊਗਾ 27/2 ਇਹ 4 ਉਧਰ ਜਾ ਕੇ 27 ਨਾਲ ਗੁਣਾ ਤੇ 3 ਇੱਥਾ ਭਾਗ ਹੋ ਜਾਏਗਾ 2 4 9 7 ਠੀਕ ਹੈ ਤੇ ਸਾਡੇ ਕੋਲ ਕਿੰਨਾ ਆ ਗਿਆ 9 2 9 2 18% ਸਾਡੇ ਕੋਲ ਪਹਿਲਾ ਡਿਸਕਾਊਂਟ ਪਰਸੈਂਟ ਆ ਗਿਆ ਪਹਿਲਾ ਡਿਸਕਾਊਂਟ ਪਰਸੈਂਟ ਕਿੰਨਾ ਆ ਗਿਆ 18% ਦੂਜਾ ਡਿਸਕਾਊਂਟ ਪਰਸੈਂਟ ਸਾਡੇ ਕੋਲ ਕਿੰਨਾ ਸੀਗਾ 25% ਤਾਂ ਹੀ ਸਾਡੇ ਕੋਲ ਜੋ ਓਵਰਆਲ ਡਿਸਕਾਊਂਟ ਪਰਸੈਂਟ ਬਣਿਆ ਹੈ ਉਹ ਬਣੇਗਾ 38.5 ਜਾਂ ਫਿਰ 77/2% ਜੋ ਮੈਂ ਕੱਢਿਆ ਇਹ ਸੈਕਸੈਸਿਵ ਡਿਸਕਾਊਂਟ ਦਾ ਪੂਰਾ ਟੌਪਿਕ ਜੋ ਇਸ ਕੁਐਸਚਨ ਵਿੱਚ ਕਵਰ ਹੋ ਗਿਆ ਉਮੀਦ ਹੈ ਤੁਹਾਨੂੰ ਇਹ ਕੁਐਸਚਨ ਚੰਗੀ ਤਰ੍ਹਾਂ ਸਮਝ ਆਇਆ ਹੋਗਾ ਫੋਲੋਇੰਗ ਨੰਬਰ ਸੀਰੀਜ਼ ਵਨ ਟਰਮ ਇਜ਼ ਰੋਂਗ ਫਾਈਂਡ ਦਾ ਰੋਂਗ ਟਰਮ ਅਜਿਹੀ ਨੰਬਰਾਂ ਦੀ ਲੜੀ ਆਪਾਂ ਨੂੰ ਦਿੱਤੀ ਹੋਈ ਹੈ ਇਹਦੇ ਵਿੱਚ ਕੋਈ ਇੱਕ ਨੰਬਰ ਗਲਤ ਹੈ ਸੀ ਗਲਤ ਨੰਬਰ ਪਤਾ ਕਰਨਾ ਹੁਣ ਦੇਖੋ ਇਹ ਲੜੀ ਕਹਤੀ ਹੋਈ ਹੈ 4 10 2 46 96 190 ਤੇ 382 ਇਹ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਵੀ ਇਹ ਲੜੀ ਦਾ ਜੋ ਕੀ ਸੀਕੁਐਂਸ ਬਣ ਰਹੀ ਹੈ ਤੇ ਕਿੱਦਾਂ ਸਾਨੂੰ ਪਤਾ ਲੱਗੂਗਾ ਕਿ ਇਹਦੇ ਵਿੱਚੋਂ ਕਿਹੜੀ ਗਲਤ ਹੈ ਕਿਉਂਕਿ ਲੜੀਆਂ ਦੋ ਤਰੀਕੇ ਨਾਲ ਆਂਦੀਆਂ ਜਾਂਦਾ ਸੀ ਦੀ ਨੈਕਸਟ ਟਰਮ ਦੱਸਣੀ ਹੁੰਦੀ ਹੈ ਜਾਂ ਫਿਰ ਇਸ ਇਹਨਾਂ ਵਿੱਚੋਂ ਇੱਕ ਰੋਂਗ ਟਰਮ ਪਤਾ ਕਰਨੀ ਹੈ ਹੁਣ ਤੁਸੀਂ ਇਸ ਤੇ ਦੇਖੋ ਇਸ ਵਿੱਚ ਦੇਖਣ ਤੋਂ ਹੀ ਪਤਾ ਲੱਗਦਾ ਹੈ ਕਿ ਜਿਹੜੀ ਨੈਕਸਟ ਟਰਮ ਹੈ ਜਿਹੜੇ ਅਗਲਾ ਨੰਬਰ ਹੈ ਉਹ ਪਿਛਲੇ ਨੰਬਰ ਤੇ ਦੁੱਗਣਾ ਕਰਨ ਤੇ ਤੇ 2 ਜੋੜਨ ਤੇ ਬਣਦਾ ਹੈ ਦੇਖੋ ਜਿਸ ਤਰ੍ਹਾਂ 4 ਨੂੰ 2 ਨਾਲ ਗੁਣਾ ਕਰਿਆ 8 2 ਆ ਗਿਆ 10 ਠੀਕ ਹੈ ਇਸ ਤੋਂ ਬਾਅਦ 10 ਤੇ 22 ਚ ਦੇਖੋ 10 ਨੂੰ ਗੁਣਾ ਕਰਿਆ 2 ਨਾਲ 2 20 2 22 ਇਸੇ ਤਰ੍ਹਾਂ 46 22 ਨੂੰ ਗੁਣਾ ਕਰਿਆ 2 ਨਾਲ 44 2 ਇਹ ਸਾਡੇ ਕੋਲ ਕੀ ਬਣ ਜਾਵੇਗਾ 46 ਇਸ ਤਰ੍ਹਾਂ 46 ਨੂੰ ਜਦੋਂ ਅਸੀਂ ਗੁਣਾ ਕਰਾਂਗੇ 2 ਨਾਲ ਤਾਂ ਇਹ ਸਾਡੇ ਕੋਲ ਆਵੇਗਾ 92 92 ਜਦੋਂ ਅਸੀਂ 2 ਜੋੜਾਂਗੇ ਸਾਡੇ ਕੋਲ ਕੀ ਬਣਨਾ ਚਾਹੀਦਾ ਸੀ 94 ਪਰ ਇੱਥੇ ਸਾਡੇ ਕੋਲ ਕੀ ਹੈ 96 ਇਸ ਦਾ ਮਤਲਬ ਸਾਡੇ ਕੋਲ ਕਿਹੜਾ ਨੰਬਰ ਗਲਤ ਹੈ 96 ਸੋ ਇਸਦੀ ਸੀ ਆਪਸ਼ਨ ਜੋ ਬਿਲਕੁਲ ਸਹੀ ਜਵਾਬ ਸੀ ਤੇ 96 ਗਲਤ ਹੈ ਕਿਉਂਕਿ ਇੱਥੇ 94 ਆਉਣਾ ਚਾਹੀਦਾ ਸੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਤਾਂ ਕਿ ਅੱਗੇ ਤੋਂ ਵੀ ਹੋਰ ਕੁਐਸਚਨ ਜਿਹੜੇ ਇਸੇ ਦੇ ਨਾਲ ਸੰਬੰਧਿਤ ਤੁਹਾਡੇ ਲਈ ਲੈ ਕੇ ਆਈਏ ਇਸ ਤੋਂ ਇਲਾਵਾ ਤੁਸੀਂ 50 ਪਟਵਾਰੀ ਦੇ ਕੋਰਸ ਹੁੰਦੀ ਜਿਵੇਂ ਕੰਪਿਊਟਰ ਐਗਰੀਕਲਚਰ ਅਤੇ ਜੀਕੇ ਦੀਆਂ ਪਲੇਲਿਸਟਾਂ ਚੈਨਲ ਉੱਤੇ ਬਣੀਆਂ ਹੋਈਆਂ ਹਨ ਉਹਨਾਂ ਤੋਂ ਜਾ ਕੇ ਆਪਣੀ ਤਿਆਰੀ ਜਿਹੜੀ ਚੰਗੀ ਤਰ੍ਹਾਂ ਕਰ ਸਕਦੇ ਹੋ ਉਹਨਾਂ ਵੀਡੀਓਜ਼ ਨੂੰ ਦੇਖ ਕੇ ਆਪਣੀ ਤਿਆਰੀ ਜਿਹੜੀ ਚੰਗੀ ਤਰ੍ਹਾਂ ਕਰ ਸਕਦੇ ਹੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਟੈਲੀਗ੍ਰam ਉੱਤੇ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਟੈਲੀਗ੍ਰam ਦਾ ਲਿੰਕ ਜਿਹੜ ਅੱਜ ਦੀ ਵੀਡੀਓ ਵਿੱਚ ਹੁਣ ਐਨਹੀਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਹੋਰ ਇਨਫੋਰਮੇਸ਼ਨ ਨਾਲ ਤਦ ਤੱਕ ਲਈ ਧੰਨਵਾਦ